ਸਬਮਿਟ ਕਰਕੇ ਥੋੜ੍ਹੇ ਜਿਹੇ ਫ੍ਰੀ ਸੀਗੇ, ਬਸ ਵੈਸੇ ਪੋਇਟਰੀ ਪੜ੍ਹਦੀ ਨਿਕਲੀ ਰੋਜ਼ ਹੀ ਸੈਂਟਰ 'ਤੇ, ਮੈਂ ਕਿਹਾ ਜਾਮ ਪੀ ਲਈ ਆ ਗਾਣੇ ਦੇ ਕੇ ਦੋਸਤਾਂ ਨੂੰ ਸੁਣਾ ਦਿੱਤੇ, ਫਿਰ ਸੈਂਟਰ 'ਤੇ ਆ ਗਏ। ਸੋ ਪਰ ਇੱਕ ਵਾਰੀ ਹਫ਼ਤਾ ਇੱਦਾਂ ਦਾ ਗੁਜ਼ਰਿਆ ਕਿ ਕੁਛ ਲਿਖੀ ਨਾ ਕੁਛ ਔੜੇ ਨਾ ਕੁਛ ਬਣੇ। ਸੋ ਉਸ ਤੋਂ ਬਾਅਦ ਜਦੋਂ ਹਫ਼ਤਾ 10 ਦਿਨ ਬਾਅਦ ਇੱਕ ਗੀਤ ਬਣਿਆ, ਉਹ ਕੀ ਸੀਗਾ ਵੀ ਮੈਂ ਤੁਹਾਨੂੰ ਅੱਜ ਕੋਸ਼ਿਸ਼ ਕਰਦਾ, ਬੜੀ ਕਿੰਨਾ ਕਾਫ਼ੀ ਦੇਰ ਬਾਅਦ ਗੀਤ ਗਾਉਣ ਲੱਗਿਆ ਸੀ, ਬੜੀ ਦਾੜੀ ਦੇ ਨਾਲ ਦਾ ਦਿਲ ਮੇਰੇ ਗੀਤਾਂ ਮੈਨੂੰ ਪੁੱਛਿਆ ਤੇਰੋ ਸਾਜਿਆ ਕੀਤਾ ਐਨੀ ਦੇਣ ਕਿੱਥੇ ਲਈ ਸਾਨੂੰ ਨੈਣ ਕਿਉਂ ਨੀ ਆਇਆ ਮੇਰੇ ਗੀਤਾਂ ਮੈਨੂੰ ਪੁੱਛਿਆ ਤੇਰੋ ਸਾਜਿਆ ਕੀਤਾ ਐਨੀ ਦੇਣ ਕਹਿਣ ਕਿਉਂ ਨੀ ਆਇਆ ਮੇਰੇ ਗੀਤਾਂ ਮੈਂ ਤੂੰ ਪੁੱਛਿਆ ਅੱਗੇ ਮੈਂ ਕੀ ਜਵਾਬ ਦਿੰਦਾ ਮੇਰੇ ਗੀਤ ਬੜੇ ਭੋਲੇ ਹਾਲੇ ਬੜੇ ਅਣਜਾਣ ਇਹ ਨਹੀਂ ਜਾਣਦੇ ਕਿ ਇਹਨਾਂ ਤੀਕ ਆਉਣਾ ਕਿੰਨਾ ਔਖਾ ਮੇਰੇ ਗੀਤ ਬੜੇ ਭੋਲੇ ਹਾਲੇ ਬੜੇ ਅਣਜਾਣ ਇਹ ਨਹੀਂ ਜਾਣਦੇ ਕਿ ਇਹਨਾਂ ਤੀਕ ਆਉਣਾ ਕਿੰਨਾ ਔਖਾ ਰੂਹ ਨੂੰ ਹੋਣਾ ਪੈਂਦਾ ਕਾਲੀ ਸੱਚੇ ਗੁੰਬਦਾਂ ਪੌੜੀ ਲਫ਼ਜ਼ਾਂ ਦੀ ਸੋਚ ਨੂੰ ਚੜਾਉਣਾ ਕਿੰਨਾ ਔਖਾ ਮੇਰੇ ਗੀਤ ਬੜੇ ਭੋਲੇ ਹਾਲੇ ਬੜੇ ਅਣਜਾਣ ਇਹ ਨਹੀਂ ਜਾਣਦੇ ਕਿ ਇਹਨਾਂ ਤੀਕ ਆਉਣਾ ਕਿੰਨਾ ਔਖਾ ਰੂਹ ਹੋਣਾ ਪੈਂਦਾ ਖਾਲੀ ਸੁੱਚੇ ਗੁੰਬਦਾਂ ਦੇ ਵਾਂਗੂ ਪੌੜੀ ਲਫ਼ਜ਼ਾਂ ਦੀ ਸੋਚ ਨੂੰ ਚੜਾਉਣਾ ਕਿੰਨਾ ਔਖਾ ਕਿਵੇਂ ਦੱਸਾਂ ਮੇਰੇ ਕੋਲ ਹੈ ਨੀ ਸਾਦਗੀ ਸੱਚਾਈ ਇਹ ਤਾਂ ਪੁੱਛਦੇ ਤੂੰ ਸਾਡੇ ਕੋਲ ਰਹਿਣ ਕਿਉਂ ਨੀ ਆਇਆ ਮੇਰੇ ਗੀਤਾਂ ਮੈਨੂੰ ਪੁੱਛਿਆ ਤੇਰੋ ਸਾਜਿਆ ਕੀਤਾ ਐਨੀ ਦੇਰ ਕਿੱਥੇ ਲਾਈ ਸਾਨੂੰ ਰਹਿਣ ਕਿਉਂ ਨੀ ਆਇਆ ਫਿਰ ਉਹਨਾਂ ਦਾ ਜਵਾਬ ਆ ਮੈਂ ਬਾਕੀ ਸ਼ੇਅਰ ਛੱਡ ਰਿਹਾ ਆਖਰੀ ਸ਼ੇਅਰ ਸੁਣਾ ਰਿਹਾ ਉਹਦਾ ਕਿਹਾ ਗੀਤਾਂ ਨੇ ਕਿ ਚੱਲੋ ਅਸੀਂ ਮੰਨਿਆ ਕਿ ਕੂਏ ਸਰਤਾਜ ਬਣ ਬੈਠਾ ਪਰ ਕਿੰਨਾ ਦੇ ਸਹਾਰੇ ਕਹਿੰਦੇ ਚਲੋ ਠੀਕ ਹੈ ਸਿਕੰਦਰ ਬਾਬ ਸਿੰਘ ਤੋਂ ਸਿੱਧਾ ਸਰਤਾਜ ਹੋ ਗਿਆ ਪਰ ਵਜ੍ਹਾ ਕੀ ਸੀ ਇਹ ਸੀ ਅਸੀਂ ਸੀ ਕਿਹਾ ਗੀਤਾਂ ਨੇ ਕਿ ਚੱਲੋ ਅਸੀਂ ਮੰਨਿਆ ਕਿ ਕੂਏ ਸਰਤਾਜ ਬਣ ਬੈਠਾ ਪਰ ਕਿੰਨਾ ਦੇ ਸਹਾਰੇ ਸਦਾ ਆਪਣੇ ਹੀ ਫੱਟਾਂ ਦੀ ਮਰਹਮ ਬਾਰੇ ਸੋਚੇ ਜਿਹੜੇ ਸਾਨੂੰ ਨੇ ਦਰਦ ਕਦੀ ਸੋਚ ਉਹਨਾਂ ਬਾਰੇ ਸੋ ਗੀਤਾਂ ਦੇ ਆਪਣੇ ਦਰਦ ਨੇ ਉਹਨਾਂ ਬਾਰੇ ਵੀ ਜਾਣਨਾ ਚਾਹੀਦਾ ਸ਼ਾਇਦ ਕਿਹਾ ਗੀਤਾਂ ਨੇ ਕਿ ਚਲੋ ਅਸੀਂ ਮੰਨਿਆਂਗੇ ਦੂਏ ਸਰਤਾਜ ਬਣ ਬੈਠਾ ਪਰ ਕਿੰਨਾ ਦੇ ਸਹਾਰੇ ਸਦਾ ਆਪਣੇ ਹੀ ਫੱਟਾਂ ਦੀ ਮਰਹਮ ਬਾਰੇ ਸੋਚੇ ਜਿਹੜੇ ਸਾਨੂੰ ਨੇ ਦਰਦ ਕਦੀ ਸੋਚ ਉਹਨਾਂ ਬਾਰੇ ਅਸੀਂ ਹੱਸ ਹੱਸ ਤੇਰੇ ਗਮ ਸੀਨੇ ਚ ਲੁਕੋਏ ਜਦੋਂ ਸਾਡੇ ਹੋਈ ਪੀੜ ਵੇ ਤੂੰ ਸਹਿਣ ਕਿਉਂ ਨੀ ਆਇਆ ਅਸੀਂ ਹੱਸ ਹੱਸ ਤੇਰੇ ਗਮ ਸੀਨੇ ਚ ਲੁਕੋਏ ਜਦੋਂ ਸਾਡੇ ਹੋਈ ਪੀੜ ਵੇ ਤੂੰ ਸਹਿਣ ਕਿਉਂ ਨੀ ਆਇਆ ਤੇਰੇ ਗਮ ਤੇ ਖੁਸ਼ੀ ਚ ਸ਼ਰੀਕ ਅਸੀਂ ਹੁੰਦੇ ਐਵੀਂ ਗੱਲਾਂ ਰਹੇ ਯਾਰਾ ਸਾਨੂੰ ਕਹਿਣ ਕਿਉਂ ਨੀ ਆਇਆ ਮੇਰੇ ਗੀਤਾਂ ਮੈਨੂੰ ਪੁੱਛਿਆ ਤੈਨੂੰ ਸਾਜਿਆ ਕੀਤਾ ਐਨੀ ਦੇਰ ਕਿੱਥੇ ਲਾਈ ਸਾਨੂੰ ਕਹਿਣ ਕਿਉਂ ਨੀ ਆਇਆ
ਤਾਂ ਹੀ ਮੈਂ ਕਿਹਾ ਸਾਈਂ ਵੇ ਸਾਡੇ।